ਸ਼੍ਰੀਕਾਲ, ਨਮਸਕਾਰ ਅਦਾਬ। ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਫਿਲਮ ਸ਼ਾਇਰ। ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਦੇਖੀ ਹੈ, ਹਰ ਕਿਸੇ ਨੂੰ ਪਸੰਦ ਆਈ ਹੈ ਅਤੇ ਫਿਲਮ ਜੋ ਹੈ ਦੂਸਰੇ ਹਫ਼ਤੇ ਦੇ ਵਿੱਚ ਪਹੁੰਚ ਚੁੱਕੀ ਹੈ। ਸੋ ਸੈਕਿੰਡ ਵੀਕ ਦੇ ਵਿੱਚ ਫਿਲਮ ਐਂਟਰ ਹੋਣ ਦੇ ਬਾਵਜੂਦ ਇੰਡਸਟਰੀ ਜਿਹੜੀ ਆ ਉਨਾ ਹੀ ਜ਼ਿਆਦਾ ਸਪੋਰਟ ਕਰ ਰਹੀ ਹੈ ਇਸ ਫਿਲਮ ਨੂੰ। ਦੁਬਾਰਾ ਦੇਖਣ ਦੇ ਲਈ ਕਈ ਕਲਾਕਾਰ ਇੱਥੇ ਪਹੁੰਚੇ ਨੇ। ਸੋ ਜਿਸ ਤਰ੍ਹਾਂ ਵੀ ਫਿਲਮ ਦੇ ਕੇ ਬਾਹਰ ਨਿਕਲਣਗੇ, ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਫਿਲਮ ਲੱਗੀ ਹੈ, ਔਰ ਫਿਲਮ ਵਨ ਟਾਈਮ ਵਾਚ ਹੈ ਜਾਂ ਇਸ ਨੂੰ ਵਾਰ ਵਾਰ ਦੇਖਣਾ, ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਅਸੀਂ ਵਾਇਰਲ ਹੁੰਦੀਆਂ ਦੇਖੀਆਂ ਨੇ ਕਿ ਕਈ ਕਲਾਕਾਰ ਜਿਹੜੇ ਨੇ ਇਮੋਸ਼ਨਲੀ ਹੋ ਕੇ ਬਾਹਰ ਆਏ ਨੇ ਔਰ ਰੋਂਦੇ ਰੋਂਦੇ ਬਾਹਰ ਆਏ ਨੇ। ਸੋ ਹੁਣ ਵੀ ਅਸੀਂ ਗੱਲਬਾਤ ਕਰਦੇ ਹਾਂ ਅਤੇ ਦੇਖਾਂਗੇ ਕਿ ਕਿਸ ਤਰ੍ਹਾਂ ਕਨੈਕਟ ਕਰ ਪਾਏ ਹਰ ਕਲਾਕਾਰ ਇਸ ਫਿਲਮ ਦੇ ਨਾਲ। ਆ ਜਾਓ ਮੇਰੇ ਨਾਲ, ਅੰਦਰ ਚੱਲ ਕੇ ਕਰਦੇ ਖਾਸ ਗੱਲਬਾਤ। ਸੋ ਸ਼ਾਇਦ ਮੂਵੀ ਸੈਕਿੰਡ ਵੀਕ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਸਾਮਨ ਨੂੰ ਕੋਈ ਪਤਾ ਝੂਠ ਬੋਲੂਗੀ ਨਾ। ਹਾਂ ਜੀ, ਤੁਸੀਂ ਵੀ ਆ ਜਾਓ। ਸੋ ਸਾਮਨ ਕੀ ਕਹਿੰਦਾ ਤੁਸੀਂ ਸ਼ਾਇਦ ਮੂਵੀ ਕਿਸ ਤਰ੍ਹਾਂ ਹੋਈ ਤੇ ਕਿੰਨੇ ਕਿੰਨੇ ਇਮੋਸ਼ਨਸ ਜਿਹੜੇ ਤੁਹਾਡੇ ਐਕਸ਼ਨ ਚ ਨਿਕਲ ਕੇ ਆਏ? ਸੋ ਥੈਂਕ ਗੋਡ ਮੈਂ ਸਾਰੀ ਪਰ ਗਿਆ। ਆਈ ਫੀਲ ਲਾਈਕ ਦਿਸ ਓਹ ਪਤਾ ਨਹੀਂ ਮੈਡਮ ਨੂੰ ਬੋਲ ਰਿਹਾ ਤਾਂ ਖੂਬਸੂਰਤ ਫਿਲਮ, ਖੂਬਸੂਰਤ ਕਾਸਟ, ਡਾਇਰੈਕਟਰ ਨੂੰ ਬਹੁਤ ਬਹੁਤ ਮੁਬਾਰਕਾਂ, ਮੇਰੇ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਜੀ ਟੀਮ ਨੂੰ ਬਹੁਤ ਮੁਬਾਰਕਾਂ, ਔਰ ਕਈ ਐਸੇ ਚਿਹਰੇ ਜਿਹੜੇ ਲਾਂਚ ਕੀਤੇ ਗਏ ਜਿਹਨਾਂ ਨੂੰ ਦੇਖ ਕੇ ਬਹੁਤ ਪਹਿਲਾਂ ਕੰਮ ਕਰ ਰਹੇ ਨੇ, ਉਹਨਾਂ ਨੂੰ ਇੱਕ ਮੌਕਾ ਮਿਲਿਆ ਇਹਦੇ ਵਿੱਚ ਕੰਮ ਕਰਨ ਦੇ ਲਈ। ਸੋ ਉਹਨਾਂ ਨੂੰ ਦੇਖ ਕੇ ਆਈ ਫੀਲ ਸੋ ਪ੍ਰਾਊਡ, ਔਰ ਇੰਨਾ ਚੰਗਾ ਲੱਗ ਰਿਹਾ ਦੇਖ ਕੇ। ਸਾਡੀ ਇੰਡਸਟਰੀ ਜਿਹੜੀ ਆ ਡੈਫੀਨੇਟਲੀ ਗਰੋ ਕਰ ਰਹੀ ਹੈ, ਔਰ ਬਹੁਤ ਗਰੋ ਕਰ ਰਹੀ ਹੈ। ਮੈਂ ਬਹੁਤ ਖੁਸ਼ ਹਾਂ, ਮੈਂ ਬਹੁਤ ਸੈਟਿਸਫਾਈਡ ਹਾਂ, ਬਹੁਤ ਫੀਲ ਕਰਕੇ ਮੁਬਾਰਕਾਂ ਪੂਰੀ ਟੀਮ ਨੂੰ ਬਣ ਸਕੇ। ਲਿਟਰਲੀ ਮੈਂ ਹਲੇ ਵੀ ਇਮੋਸ਼ਨਲੀ ਅਟੈਚ ਫੀਲ ਹੁੰਦਾ ਤੇ ਕਨੈਕਟ ਕਰ ਪਾਈ ਹਾਂ, ਜੋ ਵੀ ਕਨੈਕਟ ਕਰਦਾ ਹੈ ਆਪਣੇ ਦੋਸਤਾਂ ਦੇ ਨਾਲ ਦੇਖੀਏ ਤੇ ਸਾਰਿਆਂ ਨੂੰ ਚੰਗੀ ਲੱਗੀ, ਜਿਵੇਂ ਉਹ ਦੇਖੋ ਮਾਹੀ ਰੋਈ ਜਾਂਦੀ ਹੈ। ਸੋ ਸਾਰਿਆਂ ਨੂੰ ਬਹੁਤ ਚੰਗੀ ਲੱਗੀ ਫਿਲਮ, ਤੁਸੀਂ ਵੀ ਜਿਨ੍ਹਾਂ ਨੇ ਅਜੇ ਨਹੀਂ ਵੇਖੀ ਦੇਖ ਕੇ ਆਇਓ ਤੇ ਤੁਹਾਨੂੰ ਚੰਗੀ ਲੱਗੂਗੀ। ਇਮੋਸ਼ਨਲ ਕੰਟੈਂਟ ਇਸ ਤਰ੍ਹਾਂ ਦਾ, ਮਤਲਬ ਹਰ ਕਿਸੇ ਨਾਲ ਜੁੜਨ ਵਾਲਾ ਕੰਟੈਂਟ ਬਹੁਤ ਘੱਟ ਬਣਦਾ, ਔਰ ਤੁਸੀਂ ਇਸ ਫਿਲਮ ਦਾ ਹਿੱਸਾ ਹੋ, ਮੈਨੂੰ ਲੱਗਦਾ ਸੀ ਪਹਿਲੀ ਵਾਰ ਗੱਲ ਕਰ ਰਹੇ, ਮੈਂ ਤਾਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਕਿਸ ਤਰ੍ਹਾਂ ਤੁਸੀਂ ਬਲੈਸਡ ਫੀਲ ਕਰ ਰਹੇ ਹੋ। ਬਿਲਕੁਲ ਬਿਲਕੁਲ, ਮੈਂ ਤਾਂ ਬਲੈਸਡ ਫੀਲ ਕਰਦਾ, ਆਹ ਬੰਦਾ ਮੈਨੂੰ ਫਿਲਮ 'ਚ ਲੈ ਕੇ ਆਇਆ ਤੇ ਬਾਕੀ ਆ ਬੰਦਾ ਗੱਲ ਕਰੂਗਾ ਹੁਣ। ਚਲੀ ਤਾਂ ਸ਼ਬਦ ਨਹੀਂ, ਮੈਂ ਤਾਂ ਇਹੀ ਗੱਲ ਕਰੂੰਗਾ ਕਿ ਆਪਾਂ ਸਾਰੇ ਨੇ ਉੱਥੇ ਚਲੀਏ ਇਕੱਠੇ ਗੱਲ ਕਰੀਏ। ਮੈਂ ਤਾਂ ਚਲੋ ਤੁਸੀਂ ਪੰਜ ਅਸੀਂ ਆਉਂਦੇ ਹਾਂ। ਠੀਕ ਹੈ ਠੀਕ ਹੈ, ਆ ਜਾਓ। ਥੈਂਕ ਯੂ ਜੀ, ਤੁਸੀਂ ਵੀ ਸਾਰੇ ਦੇਖ ਕੇ ਆਇਓ ਫਿਲਮ, ਤੇ ਮੈਂ ਇਸ ਫਿਲਮ ਦਾ ਹਿੱਸਾ, ਮੇਰੀ ਖੁਸ਼ਕਿਸਮਤੀ ਹੈ ਤੇ ਮੈਨੂੰ ਤਾਂ ਮਾਸਟਰਪੀਸ ਹੀ ਲੱਗਦਾ ਇਹ ਜਿਹੜਾ ਇਹਨਾਂ ਨੇ ਬਣਾਇਆ, ਜਗਦੀਪ ਨੇ, ਉਹਦੇ ਨੇ, ਸੰਤੋਸ਼ ਜੀ ਨੇ, ਨੀਰੂ ਮੈਮ ਨੇ, ਸਰਤਾਜ ਉਹਨਾਂ ਨੇ, ਕਮਾਲ ਹੀ ਕਰੀ ਹੈ। ਥੈਂਕ ਯੂ।